ਹਾਂਜੀ ਸਤਿ ਸ਼੍ਰੀ ਅਕਾਲ ਜੀ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸੂਬੇ ਪੰਜਾਬ ਦੀਆਂ ਖਬਰਾਂ ਦਾ ਵਿਸ਼ੇਸ਼ ਬੁਲਟਨ ਲੈ ਕੇ ਹਾਜ਼ਰ ਹਾਂ ਜੀ ਇਸ ਵੀਡੀਓ ਦੇ ਵਿੱਚ ਆਪਾਂ ਸੂਬੇ ਪੰਜਾਬ ਦੀ ਹਰ ਨਿੱਕੀ ਅਤੇ ਵੱਡੀ ਖਬਰ ਨੂੰ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ ਜੀ ਤੁਹਾਨੂੰ ਰਿਕੁਐਸਟ ਆ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਦੇ ਤੱਕ ਜਰੂਰ ਦੇਖਿਓ ਤਾਂ ਜੋ ਤੁਹਾਡੇ ਤੋਂ ਕੋਈ ਵੀ ਖਬਰ ਮਿਸ ਨਾ ਹੋਵੇ ਸੋ ਸ਼ੁਰੂਆਤ ਕਰਦੇ ਹਾਂ ਜੀ ਆਪਾਂ ਕੈਪਟਨ ਸਰਕਾਰ ਦਾ ਅਹਿਮ ਫੈਸਲਾ ਪੰਜਾਬ ਦੇ ਵਿਦਿਆਰਥੀਆਂ ਨੂੰ ਮਿਲੇਗੀ ਵੱਡੀ ਰਾਹਤ ਸੋ ਪੰਜਾਬ ਸਰਕਾਰ ਨੇ ਅਹਿਮ ਫੈਸਲਾ ਲੈਂਦਿਆਂ ਸੂਬੇ ਦੇ ਵਿੱਚ ਡਾਕਟਰੀ ਦੀ ਪੜ੍ਹਾਈ ਕਰਾਉਣ ਵਾਲੀਆਂ ਸਾਰੀਆਂ ਸਿੱਖਿਆਵ ਸੰਸਥਾਵਾਂ ਦੀ ਫੀਸ ਇੱਕ ਕਰ ਦਿੱਤੀ ਹੈ ਜੀ ਜਾਨੀ ਕਿ ਹੁਣ ਪ੍ਰਾਈਵੇਟ ਕਾਲਜ ਅਤੇ ਯੂਨੀਵਰਸਿਟੀਆਂ ਦੇ ਵਿੱਚ ਸਰਕਾਰੀ ਕਾਲਜਾਂ ਦੇ ਬਰਾਬਰ ਫੀਸ ਵਸੂਲੀ ਜਾਵੇਗੀ ਸੋ ਮੈਡੀਕਲ ਸਿੱਖਿਆ ਮંત્રી ਓਮ ਪ੍ਰਕਾਸ਼ ਸੋਨੀ ਨੇ ਦੱਸਿਆ ਕਿ ਸਰਕਾਰ ਮੈਡੀਕਲ ਸਿੱਖਿਆ ਤੇ ਖੋਜ ਵਿਭਾਗ ਦੇ ਵੱਲੋਂ ਸਾਲ 2020 ਦੇ ਲਈ ਜਾਰੀ ਨੋਟੀਫਿਕੇਸ਼ਨ ਦੇ ਵਿੱਚ ਸੁਧਾਰ ਕਰ ਦਿੱਤਾ ਹੈ ਜੀ ਕਿ ਕਈ ਮੈਡੀਕਲ ਅਦਾਰੇ ਪੜ੍ਹਾਈ ਦੇ ਵਿੱਚ ਸਾਲ 2015 ਦੇ ਵਿੱਚ ਲਾਗੂ ਕੀਤੀਆਂ ਫੀਸਾਂ ਤੋਂ ਕਾਫੀ ਵੱਧ ਰਕਮ ਵਸੂਲ ਰਹੇ ਹਨ ਸੋ ਮੈਡੀਕਲ ਸਿੱਖਿਆ ਉਪ ਮੰਤਰੀ ਨੇ ਕਿਹਾ ਕਿ ਬਠਿੰਡਾ ਦੀ ਆਦੇਸ਼ ਯੂਨੀਵਰਸਿਟੀ ਦੇ ਵੱਲੋਂ ਐਡਮਿਟ ਕਰਨ ਵਾਲੇ ਵਿਦਿਆਰਥੀਆਂ ਤੋਂ 16 ਲੱਖ ਦੀ ਫੀਸ ਵਸੂਲੀ ਜਾ ਰਹੀ ਹੈ ਜਦ ਕਿ ਸਰਕਾਰੀ ਫੀਸ 6.5 ਲੱਖ ਰੁਪਏ ਹੈ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਸਿੱਖਿਆ ਵਿਭਾਗ ਨੇ ਅਪ੍ਰੈਲ ਤੇ ਮਈ ਮਹੀਨੇ ਦੀਆਂ ਟਿਊਸ਼ਨ ਫੀਸਾਂ 31 ਮਈ ਤੱਕ ਜਮ੍ਹਾਂ ਕਰਵਾਉਣ ਦੇ ਦਿੱਤੇ ਨਿਰਦੇਸ਼ ਉਹ ਵੱਡੀ ਖਬਰ ਆ ਰਹੀ ਹੈ ਜੀ ਲਾਕਡਾਊਨ ਦੌਰਾਨ ਚੰਡੀਗੜ੍ਹ ਸਿੱਖਿਆ ਵਿਭਾਗ ਨੇ ਸਕੂਲ ਫੀਸਾਂ ਨਾ ਭਰਨ ਦੇ ਫੈਸਲੇ ਦੇ ਉੱਤੇ ਪਲਟੀ ਮਾਰ ਲਈ ਹੈ ਜੀ ਯੂਟੀ ਦੇ ਸਿੱਖਿਆ ਵਿਭਾਗ ਨੇ ਹੁਣ ਕਿਹਾ ਹੈ ਕਿ ਪ੍ਰਾਈਵੇਟ ਸਕੂਲ ਅਪ੍ਰੈਲ ਤੇ ਮਈ ਮਹੀਨੇ ਦੀਆਂ ਟਿਊਸ਼ਨ ਫੀਸਾਂ ਲੈ ਸਕਦੇ ਹਨ ਇਹ ਫੀਸ 31 ਮਈ ਤੱਕ ਜਮ੍ਹਾਂ ਕਰਵਾਉਣੀ ਪਵੇਗੀ ਇਹ ਵੀ ਕਿਹਾ ਗਿਆ ਜੀ ਸਕੂਲ ਜੂਨ ਮਹੀਨੇ ਤੋਂ ਹਰ ਮਹੀਨੇ ਦੀ ਟਿਊਸ਼ਨ ਫੀਸ ਲੈ ਸਕਦੇ ਹਨ ਮਾਪੇ ਉਹਨਾਂ ਨੂੰ ਹਰ ਮਹੀਨੇ ਫੀਸ 15 ਤਰੀਕ ਤੱਕ ਜਮ੍ਹਾਂ ਕਰਵਾ ਸਕਦੇ ਹਨ ਇਸ ਤੋਂ ਪਹਿਲਾਂ ਵਿਭਾਗ ਦੇ ਵੱਲੋਂ ਕਾਫੀ ਸਖਤੀ ਵਿਖਾਈ ਗਈ ਸੀ ਤੇ ਮਾਪਿਆਂ ਤੋਂ ਕੋਈ ਵੀ ਫੀਸ ਨਾ ਵਸੂਲਣ ਦੇ ਹੁਕਮ ਦਿੱਤੇ ਗਏ ਸਨ ਇੱਥੋਂ ਤੱਕ ਕਿ ਸਕੂਲਾਂ ਦੇ ਸਾਲਾਨਾ ਖਰਚੇ ਵੈੱਬਸਾਈਟ ਦੇ ਉੱਤੇ ਪਾਉਣ ਦੇ ਵੀ ਹੁਕਮ ਦਿੱਤੇ ਗਏ ਸਨ ਉਮੀਦ ਕੀਤੀ ਜਾ ਰਹੀ ਸੀ ਕਿ ਵਿਭਾਗ ਇਸ ਮੁਸ਼ਕਲ ਦੇ ਸਮੇਂ ਦੇ ਵਿੱਚ ਰਾਹਤ ਦੇਵੇਗਾ ਪਰ ਤਾਜ਼ਾ ਹੁਕਮਾਂ ਨੇ ਮਾਪਿਆਂ ਨੂੰ ਵੱਡਾ ਝਟਕਾ ਦਿੱਤਾ ਹੁਣ ਹੁਕਮਾਂ ਦੇ ਪਿੱਛੇ ਖਦਸ਼ਾ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਸਕੂਲ ਟਿਊਸ਼ਨ ਫੀਸ ਦੇ ਨਾਮ ਦੇ ਉੱਤੇ ਸਾਰੇ ਖਰਚੇ ਵਸੂਲਣਗੇ ਕਿਉਂਕਿ ਵਿਭਾਗ ਨੇ ਇਸ ਦੇ ਸਬੰਧੀ ਕੋਈ ਸਪਸ਼ਟ ਹੁਕਮ ਜਾਰੀ ਨਹੀਂ ਕੀਤੇ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਇਹਨਾਂ ਦੇਸ਼ਾਂ 'ਚ ਨਹੀਂ ਵਿਕੇਗਾ ਜੌਨਸਨਸ ਐਂਡ ਜੌਨਸਨਸ ਬੇਬੀ ਪਾਊਡਰ ਸੋ ਵੱਡੀ ਖਬਰ ਆ ਰਹੀ ਹੈ ਜੀ ਬੇਬੀ ਪ੍ਰੋਡਕਟਸ ਬਣਾਉਣ ਵਾਲੀ ਮਸ਼ਹੂਰ ਕੰਪਨੀ ਜੌਨਸਨਸ ਐਂਡ ਜੌਨਸਨਸ ਨੇ ਵੱਡਾ ਫੈਸਲਾ ਲਿਆ ਹੈ ਜੀ ਦਰਅਸਲ ਕੰਪਨੀ ਨੇ ਅਮਰੀਕਾ ਤੇ ਕੈਨੇਡਾ ਦੇ ਵਿੱਚ ਆਪਣੇ ਉਤਪਾਦ ਬੇਬੀ ਪਾਊਡਰ ਦੀ ਵਿਕਰੀ ਰੋਕਣ ਦਾ ਐਲਾਨ ਕੀਤਾ ਜੀ ਕੰਪਨੀ ਨੇ ਉਸ ਦੇ ਉਤਪਾਦਾਂ ਦੇ ਵਿੱਚ ਐਸ ਬੈਸਟਸ ਦੀ ਮਿਲਾਵਟ ਨੂੰ ਲੈ ਕੇ ਕਾਫੀ ਉਸ ਦੇ ਖਿਲਾਫ ਹਜ਼ਾਰਾਂ ਮੁਕੱਦਮੇ ਦਰਜ ਕਰਵਾਏ ਜਾਣ ਤੋਂ ਬਾਅਦ ਇਹ ਫੈਸਲਾ ਲਿਆ ਹੈ ਜੀ ਖਪਤਕਾਰਾਂ ਦਾ ਦਾਵਾ ਹੈ ਕਿ ਕੰਪਨੀ ਦੇ ਖਿਲਾਫ 16000 ਤੋਂ ਜ਼ਿਆਦਾ ਮੁਕੱਦਮੇ ਦਰਜ ਹਨ ਜਿਸ ਦੇ ਕਾਰਨ ਜੌਨਸਨਸ ਬੇਬੀ ਪਾਊਡਰ ਕੈਂਸਰ ਹੋਣ ਦਾ ਕਾਰਨ ਬਣਿਆ ਹੈ ਜੀ ਮੈਂ ਰਿਪੀਟ ਕਰ ਰਿਹਾ ਜੀ 16000 ਤੋਂ ਜ਼ਿਆਦਾ ਮੁਕੱਦਮੇ ਦਰਜ ਕੀਤੇ ਗਏ ਹਨ ਕਿ ਜੌਨਸਨਸ ਬੇਬੀ ਪਾਊਡਰ ਕੈਂਸਰ ਹੋਣ ਦਾ ਕਾਰਨ ਬਣਿਆ ਸੋ ਹਵਾ ਕਿ ਜੌਨਸਨਸ ਐਂਡ ਜੌਨਸਨਸ ਨੇ ਇਹ ਸਮੇਂ-ਸਮੇਂ ਤੇ ਇਨਾਂ ਦੋਚਾਂ ਨੂੰ ਖਾਰਜ ਵੀ ਕੀਤਾ ਹੈ ਸੋ ਅਗਲੀ ਖਬਰ ਆ ਰਹੀ ਹੈ ਜੀ ਆਨਲਾਈਨ ਕਲਾਸਾਂ ਲਾ ਕੇ ਫੌਜ ਦੇ ਲਿਖਤੀ ਪੇਪਰ ਦੀ ਤਿਆਰੀ ਸ਼ੁਰੂ ਸੋ ਪੰਜਾਬ ਸਰਕਾਰ ਦੇ ਵੱਲੋਂ ਫੌਜ ਦੇ ਵਿੱਚ ਭਰਤੀ ਹੋਣ ਦੇ ਚਾਹਵਾਨ ਨੌਜਵਾਨਾਂ ਦੇ ਵਾਸਤੇ ਕੋਵਿਡ-19 ਦੇ ਮੱਦੇਨਜ਼ਰ ਰੱਖੇ ਗਏ ਸੀ ਪਾਈਟ ਕੈਂਪ ਬਠਿੰਡਾ ਦੇ ਵੱਲੋਂ ਸ਼੍ਰੀ ਮੁਕਸਰ ਸਾਹਿਬ ਫਾਜ਼ਲਕਾ ਤੇ ਮਾਨਸਾ ਜ਼ਿਲ੍ਹਿਆਂ ਦੇ ਨਾਲ ਸੰਬੰਧਿਤ ਨੌਜਵਾਨਾਂ ਨੂੰ ਆਨਲਾਈਨ ਕਲਾਸਾਂ ਲਗਾ ਕੇ ਫਾਸ ਦੇ ਲਿਖਤੀ ਪੇਪਰ ਦੀ ਤਿਆਰੀ ਦੇ ਲਈ 15 ਮਈ ਤੋਂ ਕੀਤੀ ਗਈ ਸੋ ਇਹ ਜਾਣਕਾਰੀ ਜਗਜੀਤ ਸਿੰਘ ਕੈਂਪ ਇਨਚਾਰਜ ਦੇ ਵੱਲੋਂ ਦਿੱਤੀ ਗਈ ਹੈ ਅਗਲੀ ਖਬਰ ਆ ਰਹੀ ਹੈ ਜੀ ਦੁਕਾਨਾਂ ਖੁਲਾਨ ਦੀ ਮੰਗ ਨੂੰ ਲੈ ਕੇ ਬਾਰ ਬਾਰ హెয়ার ਸੈਲੂਨ ਪਾਰਲਰ ਵਾਲੇ ਉੱਤੜੇ ਸੜਕਾਂ ਤੇ ਸੋ ਕਰੋਨਾ ਮਹਾਮਾਰੀ ਦੇ ਕਾਰਨ ਦੇਸ਼ਪੁਰ ਦੇ ਵਿੱਚ ਲੱਗੇ ਲਾਕਡਾਊਨ ਦੌਰਾਨ ਪਿਛਲੇ ਕਰੀਬ 2 ਮਹੀਨਿਆਂ ਤੋਂ ਕੰਮ ਕਰ ਤੋਂ ਵਿਹਲੇ ਬੈਠੇ ਬਾਰਬਰ ਸ਼ਾਪ हेयर ਸਲੂਨ ਵਾਲੇ ਅੱਜ ਫਿਰੋਜ਼ਪੁਰ ਦੀਆਂ ਛੜਕਾਂ ਤੇ ਉਤਰ ਆਏ ਤੇ ਸ਼ਹਿਰ ਦੇ ਬਾਜ਼ਾਰਾਂ ਦੇ ਵਿੱਚ ਰੋਸ ਮਾਰਚ ਕੱਢਿਆ ਤੇ ਉਪਰੰਤ ਡਿਪਟੀ ਕਮਿਸ਼ਨਰ ਦਫ਼ਤਰ ਦੇ ਮੂਹਰੇ ਰੋਸ ਪ੍ਰਦਰਸ਼ਨ ਕੀਤਾ ਸੋ ਪੰਜਾਬ ਮਹਾਸਮਾ ਦੇ ਪ੍ਰਧਾਨ ਪ੍ਰਤਾਪ ਸਿੰਘ ਫਿਰੋਜ਼ਪੁਰੀਆ ਤੇ ਐਸ ਸੀ ਐਸਟੀ ਓ ਬੀ ਸੀ ਅਤੇ ਵਾਲਮੀਕੀ ਭਾਈਚਾਰੇ ਦੇ ਪ੍ਰਧਾਨ ਦੀਪ ਦਸ਼ਾਨੰਦ ਦੀ ਅਗਵਾਈ ਦੇ ਵਿੱਚ ਡਿਪਟੀ ਕਮਿਸ਼ਨਰ ਨੂੰ ਸੌਂਪੇ ਮੰਗ ਪੱਤਰ ਦੇ ਵਿੱਚ ਭਾਰਤ ਦੀ ਸਰਕਾਰ ਦੇ ਵੱਲੋਂ ਐਲਾਨੇ ਰਾਹਤ ਪੈਕੇਜ ਦੇ ਵਿੱਚ ਉਹਨਾਂ ਨੂੰ 15000 ਰੁਪਏ ਦੀ ਸਹਾਇਤਾ ਦੇਣ ਦੇ ਲਈ ਕਿਹਾ ਗਿਆ। ਸੋ ਅੱਗੇ ਵਧਣ ਤੋਂ ਪਹਿਲਾਂ ਸਭ ਨੂੰ ਰਿਕੁਐਸਟ ਹੈ ਜੀ ਜੇਕਰ ਤੁਸੀਂ ਹਾਲੇ ਤੱਕ ਵੀ ਸਾਡਾ YouTube ਚੈਨਲ ਪੰਜਾਬ ਵੈਦਰ ਟੂਡੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਜੀ ਲਾਲ ਰੰਗ ਦਾ ਬਟਨ ਅਪ ਕੇ ਕਰ ਲੋ ਨਾਲ ਘੰਟੀ ਵਾਲਾ ਵੀ ਬਟਨ ਅਪ ਦੋ ਵੀਡੀਓ ਨੂੰ ਲਾਈਕ ਕਰ ਦੋ ਜੀ ਆਪਾਂ 3500 ਦਾ ਲਾਈਕਵੇਂ ਇਸ ਵੀਡੀਓ ਦੇ ਉੱਪਰ ਰੱਖਦੇ ਹਾਂ। ਅਗਲੀ ਖਬਰ ਆ ਰਹੀ ਹੈ ਜੀ WhatsApp ਯੂਜ਼ਰ ਦੇ ਲਈ ਚੰਗੀ ਖਬਰ। ਸੋ ਮਿਲੀ ਇਹ ਸਹੂਲਤਾ WhatsApp ਯੂਜ਼ਰ ਨੂੰ ਚੰਗੀ ਖਬਰ ਆ ਜੀ ਉਪਭੋਗਤਾ ਨੂੰ ਦਿੱਤੀਆਂ ਗਈਆਂ ਸਹੂਲਤਾਂ ਨੂੰ ਵਧਾਉਣ ਦਾ ਫੈਸਲਾ ਕੀਤਾ ਗਿਆ ਹੈ WhatsApp ਨੇ ਫੈਸਲਾ ਕੀਤਾ ਕਿ ਹੁਣ ਉਪਭੋਗਤਾ ਨੂੰ ਆਪਣਾ ਸਟੇਟਸ 15 ਸੈਕਿੰਡ ਦੀ ਬਜਾਏ 30 ਸੈਕਿੰਡ ਦਾ ਵੀਡੀਓ ਲਗਾ ਸਕਣਗੇ ਸੋ ਦੱਸ ਦਈਏ ਕੁਝ ਦਿਨ ਪਹਿਲਾਂ ਕੰਪਨੀ ਨੇ ਇਸ ਦੇ ਵਿੱਚ ਤਬਦੀਲੀ ਕੀਤੀ ਸੀ 30 ਸੈਕਿੰਡਾਂ ਦੀ ਬਜਾਏ ਸਿਰਫ 15 ਸੈਕਿੰਡ ਦੇ ਵੀਡੀਓ ਨੂੰ ਸਟੇਟਸ ਤੇ ਲਾਉਣ ਦੀ ਆਗਿਆ ਦਿੱਤੀ ਸੀ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਕਰੋਨਾ ਵਾਇਰਸ ਕੈਪਟਨ ਸਰਕਾਰ ਦੇ ਵੱਲੋਂ ਪ੍ਰਾਈਵੇਟ ਕਲੀਨਿਕਾਂ ਤੇ ਲਿਆ ਗਿਆ ਹੈ ਜੀ ਅਹਿਮ ਫੈਸਲਾ ਸੋ ਕੋਵਿਡ 19 ਦੇ ਖਿਲਾਫ ਜਾਰੀ ਜੰਗ ਨੂੰ ਹੋਰ ਤੇਜ਼ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸਰਕਾਰ ਦੇ ਵੱਲੋਂ ਇੱਕ ਨੋਟੀਫਿਕੇਸ਼ਨ ਜਾਰੀ ਕਰਕੇ ਆਰਡੀਨੈਂਸ ਲਿਆਂਦਾ ਹੈ ਜਿਸ ਦੇ ਤਹਿਤ ਜਿਨ੍ਹਾਂ ਪ੍ਰਾਈਵੇਟ ਕਲੀਨਿਕਾਂ ਦੀ 50 ਬੈੱਡ ਤੋਂ ਉੱਪਰ ਦੀ ਸਮਰੱਥਾ ਹੈ ਉਹ ਕਲੀਨਿਕ ਕੋਵਿਡ-19 ਦੇ ਖਿਲਾਫ ਜੰਗ ਦੇ ਵਿੱਚ ਸ਼ਾਮਲ ਕੀਤੇ ਜਾਣਗੇ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਇੰਦਰਾਗਾਦੀ ਹਵਾਈ ਅੱਡੇ ਤੇ ਵਿਸ਼ੇਸ਼ ਟਰਾਂਸਪੋਰਟ ਦਾ ਪੰਜਾਬੀਆਂ ਦੇ ਲਈ ਕੀਤਾ ਗਿਆ ਪ੍ਰਬੰਧ ਕੈਪਟਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਜੀ ਪੰਜਾਬੀ ਜਾਂ ਐਨ ਆਰ ਆਈ ਵਿਸ਼ੇਸ਼ ਉਡਾਨਾਂ ਦੇ ਰਾਹੀਂ ਕਿਰੇਲੂ ਜ਼ਿਲ੍ਹਿਆਂ ਨੂੰ ਵਾਪਸ ਮੁੜ ਰਹੇ ਹਨ ਉਹਨਾਂ ਦੀ ਮਦਦ ਦੇ ਲਈ ਇੰਦਰਾਗਾਦੀ ਇੰਟਰਨੈਸ਼ਨਲ 에ਅਰਪੋਰਟ ਦਿੱਲੀ ਦੇ ਸਹੂਲਤ ਕੇਂਦਰ ਦੇ ਵਿਖੇ ਟਰਾਂਸਪੋਰਟ ਦੀ ਸਹੂਲਤ ਦਾ ਪ੍ਰਬੰਧ ਕੀਤਾ ਗਿਆ ਹੈ। ਅਗਲੀ ਖਬਰ ਆ ਰਹੀ ਹੈ ਜੀ ਸ਼੍ਰੀਨਗਰ ਤੋਂ ਬੀਐਸਐਫ ਜਵਾਨਾਂ ਤੇ ਹਮਲਾ ਦੋ ਜਵਾਨ ਸ਼ਹੀਦ ਸੋ ਕਸ਼ਮੀਰ ਦੇ ਸ਼੍ਰੀਨਗਰ ਦੇ ਸੌਰ ਇਲਾਕੇ ਚ ਪੰਨਦਾਜ਼ ਚੌਂਕ ਕੋਲੇ ਬੀਐਸਐਫ ਦੇ ਮੋਟਰਸਾਈਕਲ ਸਵਾਰ ਅੱਤਵਾਦੀਆਂ ਨੇ ਅਚਾਨਕ ਹਮਲਾ ਕਰ ਦਿੱਤਾ। ਇਸ ਹਮਲੇ ਚ ਦੋ ਜਵਾਨ ਗੰਭੀਰ ਜ਼ਖਮੀ ਹੋ ਗਏ ਜੋ ਬਾਅਦ ਦੇ ਵਿੱਚ ਸ਼ਹੀਦ ਹੋ ਗਏ। ਅਗਲੀ ਖਬਰ ਆ ਰਹੀ ਹੈ ਜੀ ਬਿਜਲੀ ਵਿਭਾਗ ਦਾ ਸਹਾਇਕ ਜੈ ਵੀ 20000 ਰੁਪਏ ਦੀ ਰਿਸ਼ਵਤ ਲੈਂਦਾ ਰੰਗੇ ਹੱਥੀ ਕਾਬੂ ਸੀ ਮੋਗਾ ਤੋਂ ਖਬਰ ਆ ਰਹੀ ਹੈ ਜੀ ਵਿਜੀਲੈਂਸ ਟੀਮ ਨੇ ਬੁੱਧਵਾਰ ਨੂੰ ਬਿਜਲੀ ਵਿਭਾਗ ਦੇ ਸਹਾਇਕ ਜੈ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀ ਗ੍ਰਿਫਤਾਰ ਕੀਤਾ ਜੀ ਡੀਐਸਪੀ ਕੇਵਲ ਕ੍ਰਿਸ਼ਨ ਨੇ ਦੱਸਿਆ ਕਿ ਕਸਬਾ ਧਰਮਕੋਟ ਦੇ ਪਿੰਡ ਦੁੱਬਰਜੀ ਦੇ ਗੁਰਪ੍ਰੀਤ ਪੁੱਤਰ ਇਕਬਾਲ ਸਿੰਘ ਨੇ ਦਿੱਤੀ ਸ਼ਿਕਾਇਤ ਚੁੱਕਿਆ ਸੀ ਕਿ ਆਪਣੇ ਖੇਤਾਂ ਦੇ ਵਿੱਚ ਲੱਗੇ ਟਰਾਂਸਫਰਮ ਦਾ ਲੋਡ ਵਧਾਉਣਾ ਸੀ ਇਸ ਦੇ ਲਈ ਉਹ ਸਹਾਇਕ ਜਈ ਗੁੱਲਸ਼ੇਰ ਸਿੰਘ ਦੇ ਕੋਲ ਗਿਆ ਜਈ ਨੇ ਉਕਤ ਕੰਮ ਨੂੰ ਕਰਨ ਦੇ ਲਈ 35000 ਰੁਪਏ ਦੀ ਰਿਸ਼ਵਤ ਮੰਗੀ ਜਿਸ ਦੇ ਉਸ ਨੂੰ ਸਹਿਮਤੀ ਵਿਖਾਈ ਅਤੇ ਸੋਮਵਾਰ ਨੂੰ ਜਈ ਨੇ 15000 ਵੀ ਦਿੱਤੇ ਤੇ ਬੁੱਧਵਾਰ ਨੂੰ ਜਈ ਗੁਰਪ੍ਰੀਤ ਦੇ ਵੱਲੋਂ ਬਾਕੀ 20000 ਰੁਪਏ ਲੈਣ ਦੇ ਲਈ ਉਸ ਦੇ ਘਰ ਆ ਗਿਆ ਤਾਂ ਵਿਜੀਲੈਂਸ ਟੀਪ ਨੇ ਸਹਾਇਕ ਜੀ ਨੂੰ ਰੰਗੇ ਹੱਥੀ ਗ੍ਰਫਤਾਰ ਕਰ ਲਿਆ ਸੋ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਚ ਕੋਰੋਨਾ ਪੋਜ਼ਿਟਿਵ ਮਰੀਜ਼ਾਂ ਦਾ ਅੰਕੜਾ 2000 ਤੋਂ ਪਾਰ ਪਰ ਸਿਰਫ 173 ਐਕਟਿਵ ਕੇਸ ਸੋ ਪੰਜਾਬ ਦੀ ਕੋਵਿਡ 19 ਨਾਈਨ ਰਿਪੋਰਟ ਤੁਸੀਂ ਸਾਰਿਆਂ ਨੇ ਧਿਆਨ ਨਾਲ ਸੁਣਨੀ ਹੈ ਜੀ ਸਪੈਸ਼ਲ ਰਿਪੋਰਟ ਆ ਜੀ ਪੰਜਾਬ ਚ ਕੋਰੋਨਾ ਵਾਇਰਸ ਦੇ ਕੇਸਾਂ ਤੋਂ ਹੁਣ ਥੋੜੀ ਰੋਕ ਲੱਗੀ ਹੈ ਜੀ ਅੱਜ ਨਵੇਂ ਤਿੰਨ ਮਾਮਲੇ ਜਿਹੜੇ ਉਹ ਪੋਜ਼ਿਟਿਵ ਆਏ ਜਿਸ ਦੇ ਨਾਲ ਬੁੱਧਵਾਰ ਨੂੰ ਪੰਜਾਬ ਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦਾ ਅੰਕੜਾ 2005 ਹੋ ਗਿਆ ਪਰ ਰਾਹਤ ਭਰੀ ਖਬਰ ਇਹ ਹੈ ਕਿ ਇਹਨਾਂ ਦੇ ਵਿੱਚੋਂ ਸਿਰਫ 173 ਕੇਸ ਹੀ ਐਕਟਿਵ ਹਨ ਸੋ ਸੂਬੇ ਦੇ ਵਿੱਚ ਕੁੱਲ 57737 ਲੋਕਾਂ ਦੇ ਜਿਹੜੇ ਸੈਂਪਲ ਲਏ ਗਏ ਹਨ ਜਦਕਿ 2005 ਮਰੀਜ਼ ਕੋਰੋਨਾ ਨਾਲ ਸੰਕਰਮਿਤ ਟੈਸਟ ਕੀਤੇ ਗਏ ਸਨ ਜਦਕਿ 3776 ਲੋਕਾਂ ਦੀ ਰਿਪੋਰਟ ਆਉਣੀ ਹਾਲੇ ਬਾਕੀ ਆ ਜੀ ਉਸ ਤੋਂ ਬਾਅਦ ਸਿਹਤ ਜਾਬ ਹੋਏ ਮਰੀਜ਼ਾਂ ਦੀ ਗਿਣਤੀ 1795 ਦੇ ਕਰੀਬ ਆ ਜੀ ਐਕਟਿਵ ਕੇਸ 173 ਤੇ ਮਰਨ ਵਾਲਿਆਂ ਦੀ ਗਿਣਤੀ 38 ਹੈ ਅਗਲੀ ਖਬਰ ਆ ਰਹੀ ਆ ਜੀ ਕਟੇ ਕਾਰਡ ਬਹਾਲ ਕਰਾਉਣ ਦੇ ਲਈ ਰੋਸ ਵਿਖਾਵੇ ਦਾ ਐਲਾਨ ਗ੍ਰਹਿ ਮੰਤਰਾਲੇ ਨੇ 10ਵੀਂ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਦੇ ਲਈ ਲੋਕਡਾਊਨ ਚ ਦਿੱਤੀ ਛੋਟ ਸੋ ਵੱਡੀ ਖਬਰ ਇਸ ਵੇਲੇ ਦੀ ਨਿਕਲ ਕੇ ਸਾਹਮਣੇ ਆ ਰਹੀ ਆ ਜੀ ਕੇਂਦਰੀ ਗ੍ਰਹਿ ਮੰਤਰਾਲੇ ਨੇ ਜਮਾਤ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆ ਅਜੋਜਿਤ ਕਰਨ ਦੇ ਲਈ ਲੋਕਡਾਊਨ ਦੇ ਵਿੱਚ ਛੋਟ ਦਿੱਤੀ ਆ ਜੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ ਗ੍ਰਹਿ ਮੰਤਰਾਲੇ ਨੇ ਪਹਿਲਾਂ ਹੀ ਸੂਬਾ ਸਰਕਾਰਾਂ ਨੂੰ ਚਿੱਠੀ ਲਿਖੀ ਹੈ ਕੁਝ ਸ਼ਰਤਾਂ ਦੇ ਨਾਲ ਦੇਸ਼ ਭਰ ਚ ਪ੍ਰੀਖਿਆਵਾਂ ਅਜੋਜਿਤ ਕਰਨ ਦੀ ਛੋੜ ਦਿੱਤੀ ਹੈ ਸੋ ਉਸ ਦੇ ਬਾਰੇ ਸੂਚਿਤ ਕੀਤਾ ਹੈ ਸ਼ਾਹ ਨੇ ਟਵੀਟ ਦੇ ਵਿੱਚ ਕਿਹਾ ਕਿ ਵੱਡੀ ਗਿਣਤੀ ਦੇ ਵਿੱਚ ਵਿਦਿਆਰਥੀਆਂ ਦੀ ਪੜ੍ਹਾਈ ਤੋਂ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦੀ ਸੁਰੱਖਿਆ ਦੇ ਲਈ ਸਮਾਜਿਕ ਦੂਰੀ 마ਸਕ ਵਰਗੀਆਂ ਕੁਝ ਸ਼ਰਤਾਂ ਦੇ ਨਾਲ 10ਵੀਂ ਅਤੇ 12ਵੀਂ ਬੋਰਡ ਪ੍ਰੀਖਿਆਵਾਂ ਵਾਂ ਅਜੋਜਿਤ ਕਰਨ ਦੇ ਲਈ ਲਾਕਡਾਊਨ ਤੋਂ ਛੋੜ ਦੇਣ ਦਾ ਫੈਸਲਾ ਕੀਤਾ ਗਿਆ ਹੈ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਮੋਦੀ ਸਰਕਾਰ ਦੇ ਬਿਜਲੀ ਵੰਡ ਖਿਲਾਫ ਵੰਡ ਕੰਪਨੀਆਂ ਦੇ ਨਿੱਜੀਕਰਨ ਦਾ ਬਿਜਲੀ ਮੁਲਾਜ਼ਮ ਕਰਨਗੇ ਸਖਤ ਵਿਰੋਧਸੂ ਬਿਜਲੀ ਨਿਗਮ ਨੇ ਦਫ਼ਤਰੀ ਅਮਲੇ ਦੀ ਜਥੇਬੰਦੀ ਮਨਸਪੀਰੀਅਲ ਸਰਵਿਸਿਜ਼ ਯੂਨੀਅਨ ਦੀ ਹੰਗਾਮੀ ਮੀਟਿੰਗ ਵੀਡੀਓ ਕਾਨਫਰੈਂਸਿੰਗ ਦੇ ਰਾਹੀਂ ਜਥੇਬੰਦੀ ਤੇ ਸੂਬਾ ਪ੍ਰਧਾਨ ਹਰਪਾਲ ਸਿੰਘ ਦੀ ਪ੍ਰਧਾਨਗੀ ਤੇ ਹੋਈ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਤੇ ਦੁਆਰਾ ਚੰਡੀਗੜ੍ਹ ਜੰਮੂ ਲਦਾਖ ਅੰਡੇਮਾਨ ਤੇ ਨਿਕੋਬਰ ਲક્ષਦੀਪ ਪਾਂਡੇਚਰੀ ਦਮਨ ਦੇ ਉਦਾਦਰਾ ਨਗਰ ਹਵੇਲੀ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਬਿਜਲੀ ਵੰਡ ਦੇ ਨਿੱਜੀਕਰਨ ਦੇ ਫੈਸਲੇ ਦਾ ਸਖਤ ਵਿਰੋਧ ਕੀਤਾ ਗਿਆ ਬਿਜਲੀ ਉਤਪਾਦਨ ਬਿਜਲੀ ਵੰਡ ਬਿਜਲੀ ਦੀਆਂ ਦਰਾਂ ਤੈਅ ਕਰਨਾ ਸੂਬੇ ਦੀ ਦਸ਼ਾ ਤੇ ਸੂਬੇ ਦੇ ਲੋਕਾਂ ਦੀ ਆਰਥਿਕ ਹਾਲਤ ਦੇ ਅਨੁਸਾਰ ਬਿਜਲੀ ਰਾਤ ਦੇਣ ਆਦ ਤਾਕਤਾਂ ਨੂੰ ਖੋਕੇ ਕੇਂਦਰ ਪੱਧਰ ਉੱਪਰ ਸਭ ਫੈਸਲੇ ਨਿੱਜੀ ਕੰਪਨੀਆਂ ਦੇ ਹਿੱਤ ਚ ਪੂਰਤੀ ਦੇ ਲਈ ਕਰਨ ਵਾਸਤੇ ਜਾ ਰਹੀ ਹੈ ਜੀ ਆਗਵਾ ਨੇ ਹੋਰ ਦੱਸਿਆ ਕਿ ਬਿਜਲੀ ਬਿੱਲ 2020 ਲਾਗੂ ਹੋਣ ਦੇ ਨਾਲ ਬਿਜਲੀ ਦੀਆਂ ਦਰਾਂ ਦੀ ਲਾਗਤ ਅਨੁਸਾਰ ਤਾਂ ਹੋਣਗੀਆਂ ਉਸ ਦੇ ਉੱਪਰ ਪ੍ਰਾਈਵੇਟ ਕੰਪਨੀਆਂ ਨੂੰ 16% ਮੁਨਾਫਾ ਕਮਾਉਣ ਦੀ ਆਗਿਆ ਹੋਵੇਗੀ ਤੇ ਇਸ ਫੈਸਲੇ ਦੇ ਅਨੁਸਾਰ ਸਮੁੱਚੇ ਭਾਰਤ ਦੇ ਅੰਦਰ ਬਿਜਲੀ ਦੀ ਦਰ 8% ਯੂਨਟ ਤੋਂ ਉੱਪਰ ਹੋਵੇਗੀ ਸੋ ਇਹ ਸਾਰੇ ਖਪਤਕਾਰਾਂ ਨੂੰ ਅਦਾ ਕਰਨੀ ਪਵੇਗੀ ਮਜ਼ਦੂਰ ਗਰੀਬ ਅਤੇ ਕਿਸਾਨਾਂ ਦੇ ਲਈ ਇੰਨੀ ਮਹਿੰਗੀ ਬਿਜਲੀ ਵਰਤਨਾ ਅਸੰਭਵ ਹੋਵੇਗਾ ਮੀਟਿੰਗ ਦੇ ਵਿੱਚ ਉਚੇਚੇ ਤੌਰ ਤੇ ਸ਼ਾਮਲ ਹੋਏ ਕੁੱਲ ਹਿੰਦ ਬਿਜਲੀ ਕਰਮਚਾਰੀ ਫੈਡਰੇਸ਼ਨ ਦੇ ਆਗੂ ਹਰਪ੍ਰਧਨ ਸਿੰਘ ਕਾਰਜਵਿੰਦਰ ਸਿੰਘ ਬੁੱਟਰ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੋ ਮੁੱਖ ਤੌਰ ਤੇ ਉਦਯੋਗਿਕ ਅਤੇ ਸ਼ਹਿਰੀ ਖੇਤਰ ਹਨ ਇਹਨਾਂ ਦੇ ਨਿੱਜੀਕਰਨ ਦਾ ਅਰਥ ਮੁਨਾਫੇ ਵਾਲੇ ਖੇਤਰਾਂ ਦਾ ਨਿੱਜੀਕਰਨ ਕਰਨਾ ਹੈ ਸਰਕਾਰ ਦੇ ਅਜਿਹੇ ਫੈਸਲੇ ਦੇ ਨਾਲ ਸਰਕਾਰੀ ਕੰਪਨੀਆਂ ਨੂੰ ਵੱਡੀ ਮਾਰ ਪਵੇਗੀ ਜਿਸ ਦਾ ਖੰਭੇ ਅੱਜਾ ਮੁਲਾਜ਼ਮ ਅਤੇ ਖਪਤਕਾਰਾਂ ਨੂੰ ਚੱਲਣਾ ਪਵੇਗਾ ਸੋ ਉਸ ਤੋਂ ਬਾਅਦ ਅਗਲੀ ਖਬਰ ਆ ਰਹੀ ਹੈ ਜੀ ਪੰਜਾਬ ਵਿੱਚ ਹਾਲਾਤ ਸੁਧਰੇ ਅੱਜ ਕਰੋਨਾ ਦੇ ਸਿਰਫ 3 ਨਵੇਂ ਮਾਮਲੇ ਸਾਹਮਣੇ ਆਏ ਅਤੇ 152 ਮਰੀਜ਼ ਠੀਕ ਹੋਏ ਸੋ ਜਲੰਧਰ ਦੇ ਵਿੱਚ ਇੱਕ ਮੌਤ ਹੋ ਜਾਣ ਦੇ ਨਾਲ ਸੂਬੇ ਦੇ ਵਿੱਚ ਮੌਤਾਂ ਦੀ ਗਿਣਤੀ 38 ਹੋ ਗਈ ਹੈ ਜੀ ਔਨਲਾਈਨ ਕਲਾਸਾਂ ਦੇ ਮਾਪਦੰਡ ਕਾਇਮ ਰੱਖਣ ਦੇ ਲਈ ਨਿਗਰਾਨੀ ਪਿੱਛੋਂ ਕੀਤੀ ਜਾਵੇਗੀ ਐਡਵਾਈਜ਼ਰੀ ਸਿੱਖਿਆ ਮੰਤਰੀ ਸੋ ਕੈਬਨਟ ਮੰਤਰੀ ਵਿਜੇ ਇੰਦਰ ਸਿੰਘਲਾ ਨੇ ਫੇਸਬੁੱਕ ਲਾਈਵ ਦੇ ਜ਼ਰੀਏ ਵਿਦਿਆਰਥੀ ਮਾਪਿਆਂ ਅਧਿਆਪਕਾਂ ਤੇ ਹੋਰ ਪਾਈਵਾਲਾਂ ਦੇ ਸਵਾਲਾਂ ਦੇ ਜਵਾਬ ਦਿੱਤੇ ਜੀ ਪੰਜਾਬ ਦੇ ਸਿੱਖਿਆ ਮੰਤਰੀ ਸ਼੍ਰੀ ਵਿਜੇ ਇੰਦਰ ਸਿੰਘਲਾ ਨੇ ਬੁੱਧਵਾਰ ਨੂੰ ਵਿਦਿਆਰਥੀਆਂ ਮਾਪਿਆਂ ਅਧਿਆਪਕਾਂ ਤੇ ਹੋਰ ਹਿੱਸੇਦਾਰਾਂ ਨਾਲ ਫੇਸਬੁੱਕ ਤੇ ਸਿੱਧੀ ਗੱਲਬਾਤ ਕੀਤੀ ਜਿੱਥੇ ਉਹਨਾਂ ਇਸ ਨੂੰ ਪਰਵਾਹ ਹੁੰਗਾਰਾ ਮਿਲਿਆ ਤੇ ਉੱਥੇ ਬਹੁਤ ਸਾਰੇ ਪ੍ਰਸ਼ਨ ਸਾਹਮਣੇ ਆਏ ਸੋ ਲੋਕਾਂ ਦੇ ਦੁਆਰਾ ਕੀਤੀਆਂ ਗਈਆਂ ਸਾਰੀਆਂ ਟਿੱਪਣੀਆਂ ਪੁੱਛੇ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਦੀ ਕੋਸ਼ਿਸ਼ ਕੀਤੀ ਆ ਜੀ ਤੇ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਆਨਲਾਈਨ ਕਲਾਸਾਂ ਦੇ ਪ੍ਰਤੀਕਿਰਿਆ ਦਾ ਨਰੀਖਣ ਕਰਕੇ ਜਲਦੀ ਹੀ ਜਮਾਤਾਂ ਦੇ ਮਾਪਦੰਡ ਨੂੰ ਕਾਇਮ ਰੱਖਣ ਦੇ ਲਈ ਇਸ ਦੇ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਜਾਏਗੀ ਜਿਸ ਸਕੂਲ ਸਿਰਫ ਉਸ ਤਰੀਕ ਤੋਂ ਹੀ ਟਿਊਸ਼ਨ ਫੀਸ ਲੈ ਸਕਦੇ ਹਨ ਜਦੋਂ ਉਹਨਾਂ ਨੇ ਕਲਾਸਾਂ ਦੀ ਸ਼ੁਰੂਆਤ ਕੀਤੀ ਸੋ ਕੈਬਨਟ ਮੰਤਰੀ ਨੇ ਕਿਹਾ ਕਿ ਇੰਟਰਨੈਟ ਦੇ ਨਾਲ ਸੰਬੰਧਿਤ ਸਮੱਸਿਆਵਾਂ ਦੇ ਮੱਦੇਨਜ਼ਰ ਸਿੱਖਿਆ ਵਿਭਾਗ ਨੇ ਤੀਜੀ ਅਤੇ 9ਵੀਂ ਅਤੇ 9ਵੀਂ ਤੋਂ 10ਵੀਂ ਜਮਾਤ ਦੇ ਵਿਦਿਆਰਥੀਆਂ ਦੇ ਲਈ ਟੀਵੀ ਡੀਡੀ ਪੰਜਾਬੀ ਦੇ ਉੱਤੇ ਪਾਠਕ੍ਰਮ ਦਾ ਪ੍ਰਸਾਰਣ ਸ਼ੁਰੂ ਕਰਨ ਦਾ ਫੈਸਲਾ ਵੀ ਕੀਤਾ ਹੈ। ਸੋ ਸਿੰਗਾਪੁਰ ਤੋਂ ਜੱਜ ਨੇ ਜ਼ੂਮ ਐਪ ਦੇ ਕੀਤੀ ਸੁਣਵਾਈ ਦੋ ਚੀਨ ਨੂੰ ਸਜਾਏ ਮੌਤ ਤੋਂ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਜੀ। ਵੈਸੇ ਤਾਂ ਅੱਜ ਦੇ ਸਮੇਂ ਦੇ ਵਿੱਚ ਤਕਨੀਕ ਦਾ ਇਸਤੇਮਾਲ ਤਮਾਮ ਤਰ੍ਹਾਂ ਦੀਆਂ ਕਾਨਫਰੰਸ ਆਪ ਦੇ ਲਈ ਕੀਤਾ ਜਾਂਦਾ ਪਰ ਸਿੰਗਾਪੁਰ ਤੋਂ ਇੱਕ ਅਨੋਖਾ ਮਾਮਲਾ ਸਾਹਮਣੇ ਆਇਆ ਜੀ ਇੱਕ ਜੱਜ ਨੇ ਡਰੱਗ ਡੀਲ ਦੇ ਮਾਮਲੇ ਦੇ ਵਿੱਚ ਜੂਮ ਐਪ ਦੇ ਰਾਹੀਂ ਸੁਣਵਾਈ ਦਿੱਤੀ ਹੈ ਜੀ ਇਸ ਮਾਮਲੇ 'ਚ ਦੋਸ਼ੀ ਪਾਏ ਗਏ ਵਿਅਕਤੀ ਨੂੰ ਸਜ਼ਾ ਇਹ ਮੌਤ ਦਿੱਤੀ ਗਈ ਤੇ ਉਹ ਆਪਣਾ ਆਪ ਦੇ ਵਿੱਚ ਇਹ ਦੁਨੀਆ ਦਾ ਪਹਿਲਾ ਮਾਮਲਾ ਹੋਵੇਗਾ ਜਿਸ ਦੀ ਸੁਣਵਾਈ ਇੱਕ ਐਪ ਦੇ ਰਾਹੀਂ ਉਹ ਵੀ ਦੋਸ਼ੀ ਨੂੰ ਫਾਂਸੀ ਦੀ ਸਜ਼ਾ ਸੁਣਾਉਣ ਦੇ ਲਈ ਕੀਤੀ ਗਈ ਹੈ ਅਗਲੀ ਖਬਰ ਆ ਰਹੀ ਹੈ ਜੀ ਮੁੱਖ ਮੰਤਰੀ ਨੇ ਨਰਾਜ ਵਿਧਾਇਕਾਂ ਤੇ ਮੰਤਰੀਆਂ ਨੂੰ ਲੰਚ ਤੇ ਬੁਲਾ ਕੇ ਬਗਾਵਤੀ ਗੁਬਾਰੇ ਦੀ ਮੋੜ ਹਵਾ ਗੱਡੀ ਸੋ ਬਾਗੀ ਸੁਰਾਂ ਵਾਲੇ ਕਾਂਗਰਸੀ ਵਿਧਾਇਕ ਅਤੇ ਮੰਤਰੀ ਮੁੱਖ ਮੰਤਰੀ ਦੇ ਨਾਲ ਲੰਚ ਕਰਕੇ ਹੋਏ ਰਾਜੀ ਸੋ ਵੱਡੀ ਖਬਰ ਜਿਹੜੀ ਨਿਕਲ ਕੇ ਆ ਰਹੀ ਹੈ ਸੋ ਦੋਸਤੋ ਇਹ ਸਨ ਸੂਬੇ ਪੰਜਾਬ ਦੀਆਂ ਇਸ ਵੇਲੇ ਦੀਆਂ ਆਮ ਅਤੇ ਖਾਸ ਖਬਰਾਂ ਇਸ ਵੀਡੀਓ ਦੇ ਵਿੱਚ ਇੰਨਾ ਹੀ ਅਗਲੀ ਵੀਡੀਓ ਦੇ ਵਿੱਚ ਆਪਾਂ ਹੋਰ ਨਵੀਆਂ ਤਾਜ਼ੀਆਂ ਖਬਰਾਂ ਲੈ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ ਜੀ